जाना मोड़ जी फिल्म बना रहे हैं 50 करोड़ प्लस जिहड़ियां फिल्मां ने कीते इन्हां चों किहड़ी रोमांटिक है ते किहड़ी इन्हां चों इमोशनल है ते किहड़ी मोटीवेशनल। हाँ, कॉमेडी सौखी चल जाती है। ਜੇ ਕਹਿ ਲਓ ਮੈਂ ਤਾਂ ਅਜੇ ਘੱਟੋ ਘੱਟ ਨਹੀਂ 20-25 ਸਾਲ ਮਾਲਕ ਦੀ ਮਿਹਰ ਨੇ ਜੋ ਉਹ ਕਿਰਪਾ ਕੀਤੀ 20-25 ਸਾਲ ਆਪਾਂ ਇਸ ਇੰਡਸਟਰੀ ਵਿੱਚ ਹੋਰ ਲਾਏ ਅੱਜ ਮੈਂ ਤੀਨੋਂ ਮੈਂ ਆਪਦੀ ਫਿਲਮ ਲਾਈਨ ਦਾ ਬੰਦਾ ਮੇਰੇ ਤੋਂ ਬੇਵਕੂਫ ਅਤੇ ਮੇਰੇ ਤੋਂ ਬੇਹੋਦਾ ਬੰਦਾ ਉਹ ਕੋਈ ਨਹੀਂ ਹੋਊਗਾ ਜੇ ਆਪਦੀ ਇੰਡਸਟਰੀ ਨੂੰ ਮੈਂ ਮਾੜਾ ਬੋਲੀ ਜਾਊਂ। ਹੁਣ ਚੱਲਦਾ ਕੁਛ ਆਪਦਾ ਨਹੀਂ ਹੁੰਦਾ, ਇੰਡਸਟਰੀ ਨਹੀਂ ਦੀ ਜਾਣੀ, ਦੋ ਹੀ ਨਾਂ ਗੂੰਜਣਗੇ, ਇੱਕ ਮੇਰੇ ਭਾਈ ਕਿਸ਼ਨੇ ਦਾ ਤੇ ਦੂਜਾ ਜਾਣੇ ਮੌੜ ਦਾ। ਸਤਿ ਸ਼੍ਰੀ ਅਕਾਲ ਜੀ, ਡਾਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੇਰੇ ਨਾਲ ਮੌਜੂਦ ਨੇ ਆਉਣ ਵਾਲੀ ਪੰਜਾਬੀ ਫਿਲਮ ਮੋੜ ਦੇ ਸਟਾਰ ਤੇ ਪੰਜਾਬ ਦੇ ਸਭ ਤੋਂ ਵਰਸੇਟਾਈਲ ਐਕਟਰ ਐਮੀ ਵਿਰਕ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਐਮੀ ਜੀ, ਕਿਹਾ ਜਾਂਦਾ ਹੈ ਕਿ ਤੁਸੀਂ ਨੈਚੁਰਲ ਐਕਟਰ ਹੋ, ਕੋਈ ਵੀ ਜ਼ੋਨਰ ਦੀ ਫਿਲਮ ਐਫਰਟਲੈਸਲੀ ਕਰ ਲੈਂਦੇ ਹੋ, ਪਰ ਇਹ ਜਿਹੜੀ ਫਿਲਮ ਹੈ ਇਹਦੇ ਵਿੱਚ ਜਿਹੜਾ ਕਰੈਕਟਰ ਹੈ, ਕਿਰਦਾਰ ਹੈ ਤੁਹਾਡਾ, ਇੱਕ ਤਾਂ ਕਲਟ ਕਲਾਸਿਕ ਫਿਲਮ ਹੈ ਤੇ ਬਹੁਤ ਪਾਵਰਫੁਲ ਹੈ, ਲੋਕਾਂ ਦੇ ਸੈਂਟੀਮੈਂਟਸ ਜੁੜੇ ਹੋਏ ਨੇ, ਕੋਈ ਖਾਸ ਤੁਹਾਨੂੰ ਮਿਹਨਤ ਕਰਨੀ ਪਈ ਜਸਟੀਫਾਈ ਕਰਨ ਲਈ? ਹਾਂ ਜੀ, ਜਦੋਂ ਤੁਸੀਂ ਕਿਸੇ ਫਿਲਮ ਦੀ ਲੁੱਕ 'ਤੇ ਕੰਮ ਕਰ ਲੈਂਦੇ ਹੋ, ਕੋਈ ਫਿਲਮ ਲੁੱਕ, ਚਲੋ ਤੁਹਾਨੂੰ ਇੱਕ ਟਾਰਗੇਟ ਦਿੱਤਾ ਜਾਂਦਾ ਵੀ ਤੇਰਾ ਸਰਟਨ ਵੇਟ ਹੋਊਗਾ, ਸਰਟਨ ਤੇਰੇ ਇੱਦਾਂ ਦੇ ਕੱਪੜੇ ਹੋਣਗੇ, ਇੱਦਾਂ ਦੀ ਤੂੰ ਪੱਗ ਬੰਨਣੀ ਆ, ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਇੱਕ ਸਰਟਨ ਚੀਜ਼ ਤੁਹਾਨੂੰ ਇੱਕ ਪ੍ਰੋਮੀਨੈਂਟ ਕਰੈਕਟਰ ਦੇ ਦਿੱਤਾ ਜਾਂਦਾ, ਫੋਟੋ ਵਿਖਾ ਕੇ ਜਾਂ ਤੂੰ ਇੱਦਾਂ ਦੀ ਚੀਜ਼ ਕਰਨੀ ਹੈ, ਜਦੋਂ ਬੰਦਾ ਉਹ ਐਗਜੀਕਿਊਟ ਕਰ ਲੈਂਦਾ, ਉਹ ਅਚੀਵ ਕਰ ਲੈਂਦਾ, ਤਾਂ ਤੁਹਾਡਾ 50% ਕੰਮ ਹੈ ਉਹ ਸੌਟ ਹੋ ਜਾਂਦਾ। ਫਿਰ ਉਸ ਤੋਂ ਬਾਅਦ ਪਲੱਸ ਆ ਜਾਂਦਾ ਐਕਟਿੰਗ, ਉਹਦੇ 'ਚ ਆ ਜਾਂਦੇ ਨੇ ਚੀਜ਼ਾਂ, ਤੁਸੀਂ ਹਾਰਸ ਰਾਈਡਿੰਗ ਸਿੱਖੀ ਆ ਉਹ ਸਿੱਖ ਲੈਣੀ ਆ, ਓਕੇ ਹੋ ਗਿਆ ਜੀ, ਅਤੇ ਆਹ ਫਲਾਣੇ ਫਲਾਣੇ ਡਾਇਲੋਗ ਨੇ ਇੰਨੀ ਇੰਟੈਂਸਿਟੀ ਨਾਲ ਬੋਲਣੇ ਨੇ, ਉਹ ਹੋ ਗਿਆ ਜੀ। ਸੋ ਦੂਜੀਆਂ ਫਿਲਮਾਂ ਤੋਂ 101% ਵੱਖਰੀ ਹੈ, ਤੁਸੀਂ ਟ੍ਰੇਲਰ ਵੀ ਦੇਖ ਲਿਆਉਣਾ ਫਿਲਮ ਦੇ ਵਿੱਚ, ਇੱਕ ਸਰਟਨ ਹਾਫ ਤੱਕ ਫਿਲਮ ਇੰਟਰਵਲ ਤੋਂ ਪਹਿਲਾਂ ਜਿਹੜੇ ਮੈਂ ਆਲਰੇਡੀ ਕਰੈਕਟਰ ਕੀਤੇ ਹੋਏ ਨੇ ਉੱਦਾਂ ਦੇ ਹੀ ਨੇ, ਜਿਵੇਂ ਬੋਏ ਨੈਕਸਟ ਡੋਰ, ਵੀ ਬੋਏ ਇੱਕ ਟਰਮੇਜ ਵਾਲਾ ਬੰਦਾ ਜਿਹੜਾ ਕੋਈ ਬਹੁਤ ਵਾਇਲੈਂਸ ਪਸੰਦ ਨਹੀਂ ਕਰਦਾ, ਵੀ ਉਹਨੂੰ ਠੀਕ ਲੱਗਦਾ ਆਪਣੇ ਪਰਿਵਾਰ ਨਾਲ ਰਹਿਣਾ, ਖੇਤੀਬਾੜੀ ਕਰਦਾ ਵਧੀਆ, ਇੱਕ ਸਰਟਨ ਟਾਈਮ ਤੋਂ ਬਾਅਦ 'ਚ ਉਹਨੂੰ ਪਤਾ ਲੱਗਦਾ ਵੀ ਉਹਦੇ ਭਰਾ ਨਾਲ ਇੱਦਾਂ ਧੱਕਾ ਹੋਇਆ ਸੀਗਾ ਜੀ, ਅਤੇ ਉਹ ਉਸ ਤੋਂ ਬਾਅਦ 'ਚ ਬਾਗੀ ਬਣਦਾ, ਬਾਗੀ ਬਣਦਾ ਅਤੇ ਉਸ ਤੋਂ ਬਾਅਦ 'ਚ ਹੈ ਸਟਾਰਟਿੰਗ ਤੋਂ ਹੀ, ਮਤਲਬ ਓਬਵੀਅਸਲੀ ਪਹਿਲਾਂ ਕਿਸ਼ਨਾ ਮੋੜ ਚੌਧਰੀ ਹੁੰਦਾ ਸੀਗਾ, ਕਿਸ਼ਨੇ ਮੋੜ ਦਾ ਭਰਾ ਆ ਛੋਟਾ, ਤੋਂ ਇਹ ਅਤੇ ਇਹ ਫਿਰ ਉਸ ਤੋਂ ਬਾਅਦ 'ਚ ਜਿਹੜਾ ਹੈੱਡ ਬਣਦਾ ਇੱਕ ਜਥੇ ਦਾ, ਅਤੇ ਉਸ ਤੋਂ ਬਾਅਦ 'ਚ ਉਹ ਜਿਹੜੇ ਆਪਣੀਆਂ ਕਾਰਵਾਈਆਂ ਪਾਉਂਦੇ ਅਤੇ ਆਪਣੇ ਬਦਲੇ ਲੈ ਜਾਂਦੇ ਆ, ਰੋਬਿਨ ਹੁੱਡ ਬਣਦਾ, ਵੱਡਿਆਂ ਤੋਂ ਖੋਹਦਾ ਅਤੇ ਗਰੀਬਾਂ ਦੀ ਮਿਹਨਤ ਕਰਦਾ। ਸੋ ਤਿਆਰੀਆਂ ਘੋੜਸਵਾਰੀ ਵਾਲੇ ਮਾਮਲੇ 'ਚ ਲਾ ਲਓ ਤੁਸੀਂ, ਜਾਂ ਮਤਲਬ ਆਮ ਫਿਲਮਾਂ ਦੇ ਵਿੱਚ ਜਿਹੜੇ ਡਾਇਲੋਗ ਬੋਲਣੇ ਉਹਨਾਂ ਦੇ ਵਿੱਚ ਵੱਧ ਪਾਵਰ ਨਾਲ ਡਾਇਲੋਗ ਬੋਲਣੇ ਸੀਗੇ, ਵੱਧ ਇੰਟੈਂਸਿਟੀ ਨਾਲ ਡਾਇਲੋਗ ਬੋਲਣੇ ਸੀਗੇ। ਸੋ ਬਾਕੀ ਐਕਟਿੰਗ ਹੀ ਹੁੰਦੀ ਹੈ ਜੀ, ਕੋਈ ਬਹੁਤ ਜ਼ਿਆਦਾ ਫਰਕ ਨਹੀਂ ਹੁੰਦਾ ਕਿਸੇ ਵੀ ਚੀਜ਼ ਦੇ ਵਿੱਚ। ਅੱਛਾ, ਇਸ ਤੋਂ ਇਲਾਵਾ ਇਸ ਤੋਂ ਪਹਿਲਾਂ ਵੀ ਤੁਸੀਂ ਬਾਇਓਪਿਕ ਕੀਤੀ ਹੈ ਹਰਜੀਤ ਦਾ, ਅਤੇ ਜੇ ਤੁਹਾਡੀ ਤੁਹਾਡੀ ਸਟੋਰੀ 'ਤੇ ਜਾਂ ਤੁਹਾਡੀ ਲਾਈਫ ਹਿਸਟਰੀ 'ਤੇ ਬਾਇਓਪਿਕ ਬਣੇ ਅਤੇ ਤੁਹਾਡੇ ਇਲਾਵਾ ਕੀ ਲੱਗਦਾ ਵੀ ਕੌਣ ਜਸਟੀਫਾਈ ਕਰ ਸਕਦਾ? ਇਹ ਵੇਖੋ, ਮੈਂ ਜਿੱਡਾ ਕੁਛ ਨਹੀਂ ਅਚੀਵ ਕੀਤਾ ਵੀ ਮੇਰੀ ਲਾਈਫ ਦੇ ਉੱਤੇ ਕੋਈ ਬਾਇਓਪਿਕ ਬਣਾਵੇ, ਮਾਲ ਸੁੱਖ ਰੱਖੇ। ਹੁਣ ਜਿਵੇਂ ਆਪਾਂ ਜਾਣਾ ਮੋੜ ਜੀ 'ਤੇ ਫਿਲਮ ਬਣਾ ਰਹੇ ਹਾਂ, ਅਤੇ ਆਲਮੋਸਟ ਨਹੀਂ ਤਾਂ ਜਦੋਂ ਬਾਈ ਉਹਨਾਂ ਨੇ ਫਿਲਮ ਕੀਤੀ ਸੀ ਤਾਂ ਆਲਮੋਸਟ 100 ਸਾਲ ਬਾਅਦ ਕੀਤੀ ਸੀ, 1890-95 ਦਾ ਉਹਨਾਂ ਦੀ ਲਾਈਫ ਰਹੀ ਹੈ ਜਾਣਾ ਮੋੜ ਜੀ 'ਤੇ, ਅਤੇ ਗਿੱਲ ਸਾਹਿਬ ਉਹਨਾਂ ਨੇ ਵੀ 90-95 'ਚ ਫਿਲਮ ਕੀਤੀ ਹੈ, ਰਾਈਟ? ਅਤੇ ਮੈਂ ਆਪਾਂ 20-30 ਸਾਲ ਬਾਅਦ ਆਲਮੋਸਟ ਕਰ ਰਹੇ ਹਾਂ ਉਹਦੇ ਨਾਲੋਂ। ਸੋ ਮਤਲਬ ਤੁਸੀਂ ਇਹ ਕਹਿ ਲਓ ਵੀ ਮੈਂ ਤਾਂ ਅਜੇ ਘੱਟੋ ਘੱਟ ਨਹੀਂ 20-25 ਸਾਲ ਮਾਲਕ ਦੀ ਮਿਹਰ ਨੇ ਜੋ ਉਹ ਕਿਰਪਾ ਕੀਤੀ 20-25 ਸਾਲ ਆਪਾਂ ਇਸ ਇੰਡਸਟਰੀ ਦੇ ਵਿੱਚ ਹੋਰ ਲਾਏ, ਅੱਜ ਮੈਂ 30 ਸਾਲ ਦਾ 50-55 ਸਾਲ ਦਾ ਇਸ ਇੰਡਸਟਰੀ ਤੱਕ ਰਿਹਾ, ਅਤੇ ਉਸ ਤੋਂ ਬਾਅਦ ਉਦੋਂ ਤੱਕ ਕੁਛ ਨਾ ਕੁਛ ਅਚੀਵ ਕਰ ਲੂੰਗਾ ਵੀ ਜੇ ਕੋਈ ਮੇਰੇ 'ਤੇ ਬਾਇਓਪਿਕ ਬਣੇ ਤਾਂ ਕੋਈ ਕਰ ਸਕੇ। ਆਈ ਹੋਪ ਸੋ, ਉਦੋਂ ਮੈਂ ਤੁਹਾਨੂੰ ਜਿਹੜਾ ਉਹ ਤੁਸੀਂ ਵੀ ਦੁਨੀਆ 'ਤੇ ਰਹੋ, ਕਾਲਪੁਰਖ ਤੁਹਾਡੀ ਉਮਰ ਲੰਮੀ ਕਰੇ, ਅਤੇ ਉਦੋਂ ਕੋਈ ਨਾ ਕੋਈ ਬੰਦਾ ਜਿਹੜਾ ਵੀ ਇਸ 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 ਸਾਡੀ ਉਮਰ ਦਾ ਹੋਊਗਾ ਅਤੇ ਉਦੋਂ ਫਿਲਮ ਦੇ ਵਿੱਚ ਭਾਗ ਲੈ ਸਕਦਾ ਸਾਡੀ ਬਾਇਓਪਿਕ ਦੇ ਵਿੱਚ। ਰਾਈਟ ਨਾਓ ਵੀ ਡਿਡਨਟ ਡੂ ਐਨੀਥਿੰਗ ਲਾਈਕ, ਏਡਾ ਵੱਡਾ ਆਪਾਂ ਕੁਛ ਵੀ ਨਹੀਂ ਕੀਤਾ ਹੈਗਾ। ਐਮੀ ਜੀ, ਮੈਂ ਤੁਹਾਡੇ ਬਾਰੇ ਪੜ੍ਹ ਰਹੀ ਸੀ ਅਤੇ ਮੇਰੇ ਖਿਆਲ ਤੁਹਾਡਾ ਪਿਛੋਕੜ ਪਾਕਿਸਤਾਨ ਤੋਂ ਵੀ ਹੈ, ਪੰਜਾਬ ਤੋਂ ਵੀ ਹੈ ਜੀ, ਤੇ ਉੱਥੋਂ ਵੀ ਇੰਨਾ ਹੀ ਪਿਆਰ ਮਿਲਦਾ ਲੈਂਦੇ ਪੰਜਾਬ ਤੋਂ ਜੀ? ਬਹੁਤ ਜ਼ਿਆਦਾ ਪਿਆਰ ਮਿਲਦਾ, ਜਿੱਥੇ ਜਿੱਥੇ ਵੀ ਲੋਕਾਂ ਨੂੰ ਤੁਹਾਡੀ ਭਾਸ਼ਾ ਸਮਝ ਆਉਂਦੀ, ਲੈਂਗੁਏਜ ਸਮਝ ਆਉਂਦੀ, ਉਹ ਤੁਹਾਨੂੰ ਐਪਰੀਸ਼ੀਏਟ ਕਰਦੇ, ਬੇਸ਼ੱਕ ਉਹ ਦੁਨੀਆ ਦੇ ਕਿਸੇ ਵੀ ਕੋਨੇ 'ਤੇ ਬੈਠੇ ਹੋਣ, ਅਤੇ ਕਿਉਂਕਿ ਉਹਨਾਂ ਨੇ ਪਿਆਰ ਤੁਹਾਨੂੰ, ਮਤਲਬ ਮੈਂ ਪਿਛਲੇ ਇੰਟਰਵਿਊ 'ਚ ਵੀ ਗੱਲ ਕਰਕੇ ਹਟਿਆ, ਬਿਕੋਜ਼ ਲੋਕਾਂ ਨੂੰ ਆਪਣਾ ਲੱਗਦਾ ਜੀ ਮੈਂ, ਜਿੰਨੀਆਂ ਵੀ ਮਤਲਬ ਬਜ਼ੁਰਗ ਮਿਲਦੇ ਆ, ਭਾਵੇਂ ਮਾਤਾਵਾਂ ਮਿਲਦੀਆਂ ਨੇ, ਭਾਵੇਂ ਬਾਪੂ ਬਜ਼ੁਰਗ ਮਿਲਦੇ ਆ, ਭੈਣ ਭਰਾ ਮਿਲਦੇ ਆ, ਤੁਹਾਨੂੰ ਏਅਰਪੋਰਟਾਂ 'ਤੇ ਮਿਲ ਜਾਣ, ਕਿਸੇ ਵੀ ਸਟੇਸ਼ਨਸ 'ਤੇ ਮਿਲ ਜਾਣ, ਮਾਰਕੀਟ ਦੇ ਵਿੱਚ ਮਿਲ ਜਾਣ, ਕਿਤੇ ਵੀ ਮਿਲ ਜਾਣ, ਬਹੁਤ ਜ਼ਿਆਦਾ ਪਿਆਰ ਮਿਲਦਾ। ਜੇ ਇਦੋਂ ਕਰਮਾਂ ਵਾਲੀ ਕੋਈ ਮਤਲਬ ਹੋਰ ਲਾਈਨ ਹੋ ਹੀ ਨਹੀਂ ਸਕਦੀ, ਤੁਹਾਨੂੰ ਲੋਕ ਪਿਆਰ ਵੀ ਕਰਦੇ ਆ, ਸਤਿਕਾਰ ਵੀ ਕਰਦੇ ਆ, ਫੋਟੋਆਂ ਵੀ ਲਵਾਉਂਦੇ ਤੁਹਾਡੇ ਨਾਲ, ਦੁਆਵਾਂ ਵੀ ਦਿੰਦੇ ਆ ਤੁਹਾਨੂੰ, ਅਤੇ ਇਕਨੋਮਿਕਲੀ ਵੀ ਤੁਸੀਂ ਸਹੀ ਹੋ ਜਾਂਦੇ ਹੋ, ਪੈਸਾ ਵੀ ਮਿਲਦਾ ਤੁਹਾਨੂੰ ਤੁਹਾਡੇ ਕੰਮ ਕਰਨ ਦਾ, ਰਾਈਟ? ਸੋ ਇਦੋਂ ਵਧੀਆ ਆਈ ਡੋਂਟ ਥਿੰਕ ਸੋ ਵੀ ਕੋਈ ਲਾਈਨ ਹੋ ਸਕਦੀ ਹੈ। ਅੱਛਾ, ਕੁਝ ਕੁ ਮਿਥਸ ਨੇ ਤੁਹਾਨੂੰ ਲੈ ਕੇ ਨਾ, ਕੁਝ ਕੁ ਗਲਤ ਫਹਿਮੀਆਂ ਜਾਂ ਸਹੀ ਫਹਿਮੀਆਂ ਵੀ ਹੋ ਸਕਦੀਆਂ ਨੇ, ਤੇ ਉਹ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਇਹ ਟਰੂ ਹੈ ਜਾਂ ਫਾਲਸ? ਦੱਸੋ ਜੀ। ਕਈ ਲੋਕਾਂ ਦਾ ਕਈ ਇਹ ਕੁਐਸਚਨ ਮੇਰੇ ਤੱਕ ਆਇਆ ਸੀਗਾ ਕਿ ਜਿਹੜੀ ਕਿਸਮਤ ਮੂਵੀ ਸੀ ਉਹ ਤੁਹਾਡੀ ਬਾਇਓਪਿਕ ਹੈ, ਇਹ ਟਰੂ ਹੈ ਜਾਂ ਫਾਲਸ ਹੈ? ਨਹੀਂ ਨਹੀਂ, ਫਾਲਸ ਹੈ ਜੀ, ਕਿਸਮਤ ਨਹੀਂ ਸੀ ਮੇਰੀ ਬਾਇਓਪਿਕ। ਅੱਛਾ, ਕੋਈ ਹੋਰ ਪਹਿਲੀ ਜਿਹੜੀ
ਤੇ ਪੰਜਾਬੀ ਇੰਡਸਟਰੀ ਦੇ ਵਿੱਚ ਸਿਰਫ ਕਾਮੇਡੀ ਜ਼ੋਨਰ ਹੀ ਚੱਲਦਾ ਹੈ ਲੋਕਾਂ ਦਾ ਮੰਨਣਾ ਨਹੀਂ ਇਦਾਂ ਦਾ ਕੁਝ ਨਹੀਂ ਕਹਾ ਤੁਸੀਂ ਹੁਣ ਰੀਸੈਂਟ ਚੱਲੋ ਦੂਰ ਨਹੀਂ ਜਾਣਾ ਆਪਾਂ ਕਲੀ ਜੋਟਾ ਜੀ ਉਹ ਤੇ ਕਿਸਮਤ ਕੰਟੈਂਟ ਵਧੀਆ ਹੋਣਾ ਚਾਹੀਦਾ ਕਿਸਮਤ ਕਿਹੜਾ ਕਾਮੇਡੀ ਸੀਗੀ ਜੀ ਕਿਸਮਤ ਵੀ ਆਪਾਂ ਦੁਬਾਰਾ ਗੱਲ ਕਰ ਲੈਂਦੇ ਹਾਂ ਸੋ ਇਦਾਂ ਨਹੀਂਗਾ ਵੀ ਕਿਸ ਕਲੀ ਕਾਮੇਡੀ ਚੱਲਦੀ ਹੈ ਹਾਂ ਕਾਮੇਡੀ ਸੌਖੀ ਚੱਲ ਜਾਂਦੀ ਹੈ ਕਈ ਲੋਕ ਵੈਸੇ ਕਮੈਂਟਾਂ ਦੇ ਵਿੱਚ ਹੁੰਦੇ ਨੇ ਮਤਾਂ ਦੇਣ ਆ ਜਾਂਦੇ ਨੇ ਵੀ ਐਂ ਨਹੀਂ ਐਂ ਕਰ ਲਿਆ ਕਰੋ ਐਂ ਨਹੀਂ ਐਂ ਕਰ ਲਿਆ ਕਰੋ ਉਹੀ ਹੈ ਨਾ ਵੀ ਜੋ ਤਨ ਜਾਣੇ ਜੋ ਤਨ ਲੱਗਿਆ ਸੋ ਤਨ ਜਾਣੇ ਉਹ ਕੁਛ ਹੁੰਦਾ ਹੁੰਦਾ ਜਿਹਨਾਂ ਨੂੰ ਪਤਾ ਹੈ ਵੀ ਇਹ ਮੇਕਿੰਗ ਦੇ ਵਿੱਚ ਇੱਦਾਂ ਕਰਨਾ ਇੱਦਾਂ ਕਰਨਾ ਇੱਦਾਂ ਕਰਨਾ ਸੋ ਬੰਦੇ ਉੱਦਾਂ ਹੀ ਫਿਲਮਾਂ ਬਣਾਉਂਦੇ ਆ ਜਿੱਦਾਂ ਉਹਨਾਂ ਨੂੰ ਸੈੱਟ ਲੱਗਦਾ ਹੈ ਕਾਮੇਡੀ ਜੇ ਤੁਸੀਂ ਵਧੀਆ ਫਿਲਮ ਬਣਾਓਗੇ ਸ਼ੋਅ ਸ਼ਾਰਟ ਆ ਅੱਜ ਨਹੀਂ ਅੱਜ ਤੋਂ 200 ਸਾਲ 500 ਸਾਲ 1000 ਸਾਲ ਬਾਅਦ ਵੀ ਕਾਮੇਡੀ ਫਿਲਮਾਂ ਚੱਲਣੀਆਂ ਕਾਮੇਡੀ ਫਿਲਮ ਚੱਲਣੀ ਹੀ ਚੱਲਣੀ ਆ ਜੇ ਤੁਸੀਂ ਵਧੀਆ ਬਣਾਓਗੇ ਸਿੱਧੀ ਜੀ ਗੱਲ ਪੰਜਾਬੀ ਇੰਡਸਟਰੀ ਦੇ ਵਿੱਚ ਅਨਹੈਲਦੀ ਕੰਪੀਟੀਸ਼ਨ ਤੇ ਰਾਈਵਲਰੀ ਹੈ ਇਹ ਸੱਚਾਈ ਹੈ ਉਹ ਕੋਈ ਆਪਦੇ ਕੋਲੋਂ ਕਰੀ ਜਾਵੇ ਐਡੀ ਰਾਈਵਲਰੀ ਇੰਡਸਟਰੀ ਕੀ ਆ 20 ਤਾਂ ਜਣੇ ਆ ਜੀ ਸੋ ਉਹਦੇ ਚ ਕਾਹਦੀ ਇੰਡਸਟਰੀ ਕਾਲ ਮਤਲਬ ਐਡਾ ਰਾਈਵਲਰੀ ਕਾਹਦੀ ਹੋਊਗੀ ਕਿਸੇ ਨਾਲ ਕੋਈ ਨਹੀਂ ਹਾਂ ਕੋਈ ਠੀਕ ਹੈ ਡੇਟਾ ਨੂੰ ਲੈ ਕੇ ਕਿਸੇ ਦਾ ਕੋਈ ਇੰਨਾ ਮਾੜਾ ਮੋਟਾ ਕੋਈ ਕੁਤਕਲੇ ਹੋ ਜਾਓ ਇੱਕ ਸਰਟਨ ਟਾਈਮ ਬਾਅਦ ਸੌਟ ਹੋ ਜਾਂਦਾ ਹੁੰਦਾ ਜੀ ਕੋਈ ਰਾਈਵਲਰੀ ਨਹੀਂ ਬਹੁਤ ਪਿਆਰ ਨਾਲ ਰਹਿੰਦੇ ਆ ਸਾਰੇ ਗੱਲਾਂ ਬਣਿਆ ਇੰਡਸਟਰੀ ਇੰਡਸਟਰੀ ਇੱਦਾਂ ਇੰਡਸਟਰੀ ਇੱਦਾਂ ਇੰਡਸਟਰੀ ਇੱਦਾਂ ਸਭ ਤੋਂ ਵੱਧ ਬੁਰੇ ਬੰਦੇ ਮੈਨੂੰ ਉਹ ਲੱਗਦੇ ਆ ਜਿਹੜੇ ਆਪਣੇ ਤੁਸੀਂ ਭਾਵੇਂ ਤੁਸੀਂ ਡਾਕਟਰ ਹੋ ਤੁਸੀਂ ਜੇ ਡਾਕਟਰਾਂ ਡਿਪਾਰਟਮੈਂਟ ਨੂੰ ਨਿੰਦਦੇ ਹੋ ਮੈਂ ਆਪਦੀ ਫਿਲਮ ਲਾਈਨ ਦਾ ਬੰਦਾ ਮੇਰੇ ਤੋਂ ਬੇਵਕੂਫ ਤੇ ਮੇਰੇ ਤੋਂ ਬੇਹੋਦਾ ਬੰਦਾ ਉਹ ਕੋਈ ਨਹੀਂ ਹੋਊਗਾ ਜੇ ਆਪਦੀ ਇੰਡਸਟਰੀ ਨੂੰ ਮੈਂ ਮਾੜਾ ਬੋਲੀ ਜਾਊਂਗਾ ਬਿਲਕੁਲ ਤੁਸੀਂ ਜਿੱਥੋਂ ਖਾਂਦੇ ਹੋ ਘੱਟੋ ਘੱਟ ਉਸ ਚੀਜ਼ ਨੂੰ ਤਾਂ ਤੁਸੀਂ ਸਹੀ ਬੋਲੋ ਜਿੱਥੋਂ ਤੁਸੀਂ ਖਾਂਦੇ ਹੋ ਜਿੱਥੋਂ ਤੁਸੀਂ ਕਮਾਉਂਦੇ ਹੋ ਅੱਜ ਕੋਈ ਪੁਲਿਸ ਆਫਿਸਰ ਹੈ ਜਾਂ ਕੋਈ ਸਿਪਾਹੀ ਹੈ ਜੇ ਆਪਣੇ ਡਿਪਾਰਟਮੈਂਟ ਨੇ ਨਿੰਦੀ ਜਾਊਗਾ ਜੇ ਕਹੂਗਾ ਵੀ ਪੰਜਾਬ ਪੁਲਿਸ ਮਾੜੀ ਹੈ ਜਾਂ ਕੁਛ ਮਾੜੀ ਉਹ ਤੋਂ ਕਹਿੰਦਾ ਬੇਵਕੂਫ ਬੰਦਾ ਕੋਈ ਨਹੀਂ ਫਿਰ ਜੇ ਮੈਂ ਕਹੂੰਗਾ ਵੀ ਇੰਡਸਟਰੀ ਮਾੜੀ ਹੈ ਤਾਂ ਫਿਰ ਮੈਂ ਪਾਗਲ ਹੋ ਗਿਆ ਕਹਿਣੇ ਨਹੀਂ ਚਾਹੀਦਾ ਤੁਸੀਂ ਜਿਹੜੇ ਤੁਸੀਂ ਜੌਬ 'ਚ ਖਾਂਦੇ ਹੋ ਜਿਨ੍ਹਾਂ ਦਾ ਜਿਹਨਾਂ ਨਾਲ ਤੁਸੀਂ ਕੰਮ ਕਰਦੇ ਹੋ ਘੱਟੋ ਘੱਟ ਤੁਸੀਂ ਉਹਨਾਂ ਦੀ ਜਿਹੜੀ ਚਾਹੇ ਉਹ ਮਾੜਾ ਚੰਗਾ ਕੁਛ ਕਰਦੇ ਵੀ ਹੋ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਤੁਸੀਂ ਮਤਲਬ ਉਸ ਚੀਜ਼ ਨੂੰ ਸਹੀ ਕਰਕੇ ਤੇ ਉਹਨੂੰ ਐਪਰੀਸ਼ੀਏਟ ਕਰੋ ਵੀ ਬਾਈ ਸਾਡੀ ਲਾਈਨ ਵਧੀਆ ਓਬਵੀਅਸਲੀ ਚੰਗੇ ਮਾੜੇ ਹਰ ਬੰਦੇ 'ਚ ਹੁੰਦੇ ਆ ਚੰਗੇ ਮਾੜੇ ਮਤਲਬ ਤੁਸੀਂ ਪੁਲਿਸ ਆਫਿਸਰ ਵੀ ਚੰਗੇ ਮਾੜੇ ਹੁੰਦੇ ਆ ਡਾਕਟਰਸ ਵੀ ਚੰਗੇ ਮਾੜੇ ਹੁੰਦੇ ਆ ਇੰਜੀਨੀਅਰਸ ਵੀ ਚੰਗੇ ਮਾੜੇ ਹੁੰਦੇ ਆ ਪੋਲੀਟੀਸ਼ੀਅਨਸ ਵੀ ਚੰਗੇ ਮਾੜੇ ਹੁੰਦੇ ਆ ਸੋ ਕਿਹਦੇ 'ਚ ਚੰਗੇ ਤੇ ਕਿਹਦੇ 'ਚ ਮਾੜੇ ਬੰਦੇ ਨਹੀਂ ਹੁੰਦੇ ਤੋ ਇਹਦਾ ਮਤਲਬ ਇਹ ਨਹੀਂਗਾ ਵੀ ਇੰਡਸਟਰੀ ਸਾਰੀ ਬੁਰੀ ਹੋ ਗਈ ਹੁਣ ਚੱਲਦਾ ਕੁਛ ਆਪਦਾ ਨਹੀਂ ਹੁੰਦਾ ਇੰਡਸਟਰੀ ਨਿੰਦੀ ਜਾਣੀ ਪਹਿਲਾਂ ਆਪ ਤਾਂ ਕੋਈ ਨਾ ਕੋਈ ਜ਼ਿੰਦਗੀ 'ਚ ਕਰਾਂਗੇ ਤੇ ਉਸ ਤੋਂ ਬਾਅਦ ਤੁਸੀਂ ਨਿੰਦਣ ਜੋਗੇ ਵੀ ਹੋ ਜਾਓ ਪਹਿਲਾਂ ਕੋਈ ਕਰਤੇ ਲਓ ਜ਼ਿੰਦਗੀ 'ਚ ਬਿਲਕੁਲ ਜੀ ਸੋ ਬਹੁਤ ਬਹੁਤ ਦੁਆਵਾਂ ਮੇਰੇ ਵੱਲੋਂ ਤੇ ਵਧਾਈਆਂ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਚਾਹੁੰਦੇ ਰਹੋ